जी मैं थोड़ा अपना जतिंदर सिंह असी मस्का चस्का से पिछले दिन एक खबर दिखाई थी कि पंजाब दे विच पंजाबी च बोर्ड जरूरी ने पर गुरदासपुर के बाजारों के विच पंजाबी दे बोर्ड सानू नजर नहीं आए। एक दो दुकानों नू छड्ड के बाकी सारिया दुकानों ने किसी ने भी पंजाबी च बोर्ड नहीं लिखाए क्योंकि सरकार दीआं हदायतां सी कि पंजाब दे विच जिहड़े भी कोई अदारे काम करनगे उन्हां नू पंजाबी दे विच बोर्ड लिखने जरूरी हैं। जिन्हां ने बोर्ड लगाने से असी उन्हां नू लभ लिया वा तुहाडे रूबरू कराउण लगे हाँ। असी सारे उन्होंने जानते हैं उन्होंने नाम है राजेश बब्बी जी। असी बब्बी जी को पूछते हैं कि बब्बी जी की कितने गवाच गए से कि जेडे तुसी अजे तक पंजाबी च बोर्ड नहीं लवाए क्योंकि सरकार ने पहलकदमी करते ताड़ी ड्यूटी लाती कि तुसी पंजाब दे विच पंजाबी च बोर्ड लिखवाओगे पर तुसी कितने गवाच गए। सत श्री अकाल जी मैं तुहाडा अपना राजेश बब्बी जिवें कि जतिंदर जी ने दस्या कि पंजाब सरकार ने एक पहलकदमी की है कि सारे अदारे विद्यक अदारे संस्थावां जिहड़ियां उहनां दे नाम जिहड़े आ उपर पंजाबी च लिखे जाणगे थले जिहड़ी मर्जी भाषा च लिखे जाण। तां जतिंदर जी इहदे संबंध च मैं दसणा चाहुंदा कि मुहिम नूं असीं शुरू कर दित्ता ठीक है तुहाडे तक अजे गल नहीं पहुंची पर मैं तुहाडे चैनल के माध्यम राहीं तुहानूं ते आम पब्लिक नूं इह दसणा चाहांगा कि इह कम्म दी मुहिम जिहड़ी आ असीं स्कूल लैवल तों स्टार्ट कीती है जिवें कि जित मेरी ड्यूटी कला नॉर्थ साइड के उत्ते आ उस साइड के उत्ते काफ़ी स्कूल जिहड़े आ जिन्हां ने अपने नाम जिहड़े आ पंजाबी च कर लए आ। ते बब्बी जिहड़ियां दुकानां ने इन्हां दी कदों वारी आएगी जी। देखो सब तो पहले तो स्कूली अदारे जरूरी है जिथे सारिया ने सिक्ख्या लैनी है जाके जिन्हां ने लोगों नूं इह गल प्रचार करनी है उहनां दी वी जिम्मेवारी है कि इह पंजाबी भाषा नूं प्रचार करना। इत्थे साढ़े जिन्ने भी स्कूल ने चाहे वह सी बी एस ई आ आई सी एस ई आ उहनां दे विच पंजाबी सैकंड लैंग्वेज के तौर पर पढ़ाई जाती है। सो उहनां दे अदारियां दे नाम जिहड़े आ जद पंजाबी च हो जाणगे उस तों बाद साडा अगला जिहड़ा पड़ाव है ना ਉਹ ਸਕੂਲ ਜਿਹੜੇ ਬਾਜ਼ਾਰਾਂ 'ਚ ਅਤੇ ਜਾਂ ਦੂਜੇ ਅਦਾਰਿਆਂ ਵਾਲੇ ਹੋਏਗਾ। ਜਿਸ ਤਰ੍ਹਾਂ ਅਸੀਂ ਆਮ ਦੇਖੀਏ ਕਿ ਤੁਸੀਂ ਜਿਹੜੀ ਗੱਲ ਕਹੀ ਹੈ ਕਿ ਜਿਨ੍ਹਾਂ ਨੇ ਐਜੂਕੇਸ਼ਨ ਦੇਣੀ ਆ ਉਹਨਾਂ ਦੇ ਨਾਮ ਪਹਿਲੇ ਨੰਬਰ 'ਤੇ ਹੋਏਗੇ ਜਿੱਥੋਂ ਕਿਤਾਬਾਂ ਮਿਲਦੀਆਂ ਨੇ ਤੁਸੀਂ ਆਪਾਂ ਗੁਰਦਾਸਪੁਰ ਦੇ ਕਿਸੇ ਵੀ ਬੁੱਕ ਸੈਲਰ ਦੀ ਗੱਲ ਕਰ ਲਈਏ ਭਾਵੇਂ ਉਹ ਕੋਈ ਵੀ ਆ ਅਸੀਂ ਦੇਖਿਆ ਵਾ ਉਹਨਾਂ ਦੇ ਨਾਂ ਨਹੀਂ ਪੰਜਾਬੀ 'ਚ ਹੈਗੇ ਅਤੇ ਜੇ ਅਦਾਰਿਆਂ ਦੀ ਜੇ ਗੱਲ ਕਰੀਏ ਤਾਂ ਕਮ ਸੇ ਕਮ ਤੁਸੀਂ ਉਹ ਤਾਂ ਪਹਿਲ ਦੇ ਆਧਾਰ 'ਤੇ ਉਹਨਾਂ ਨੂੰ ਲਿਖਵਾ ਸਕਦੇ ਜੇ। ਗੱਲ ਤੁਹਾਡੀ ਠੀਕ ਆ ਮੰਨਣ ਵਾਲੀ ਹੈ ਮੰਨੀ ਜਾ ਸਕਦੀ ਗੱਲ। ਇਸ ਤੋਂ ਬਾਅਦ ਅਸੀਂ ਜਿਹੜੀ ਮੁਹਿੰਮ ਬਾਜ਼ਾਰਾਂ ਦੀ ਮੁਹਿੰਮ ਸ਼ੁਰੂ ਕਰਾਂਗੇ ਆਪਾਂ ਕਿਤਾਬਾਂ ਦੀ ਦੁਕਾਨਾਂ ਜਿਹੜੀਆਂ ਉਹ ਪਹਿਲ ਦੇ ਆਧਾਰ 'ਤੇ ਉਹਨਾਂ ਨੂੰ ਵਿਜ਼ਿਟ ਕਰਾਂਗੇ ਔਰ ਇਹਦੀ ਜਿਹੜੀ ਲਾਸਟ ਤਰੀਕ ਹੈ ਉਹ ਸਰਕਾਰ ਵੱਲੋਂ 21 ਨਵੰਬਰ ਰੱਖੀ ਗਈ ਹੈ। 21 ਨਵੰਬਰ ਤੱਕ ਜਿਹੜਾ ਕਰਵਾਉਣਾ ਲਾਜ਼ਮੀ ਹੈ। ਬੱਬੂ ਜੀ ਤੁਹਾਡਾ ਸਵਾਲ ਅਸੀਂ ਇੱਥੇ ਹੀ ਲੈਂਦੇ ਹਾਂ ਜੀ 21 ਨਵੰਬਰ ਤੱਕ ਦੁਕਾਨਦਾਰ ਜਾਂ ਕੋਈ ਵੀ ਅਦਾਰਾ ਜਿਹੜਾ ਪੰਜਾਬ ਦੇ ਵਿੱਚ ਕੰਮ ਕਰ ਰਿਹਾ ਵਾ ਜੋ ਪੰਜਾਬੀ 'ਚ ਬੋਰਡ ਨਹੀਂ ਲਿਖਵਾਉਂਦਾ ਤਾਂ ਕੀ ਸਰਕਾਰ ਨੇ ਕੋਈ ਕਾਰਵਾਈ ਦੀ ਵੀ ਉਹਦੇ 'ਤੇ ਕੋਈ ਮਤਲਬ ਹੈਗੀ ਮੰਸ਼ਾ ਜਾਂ ਸਿਰਫ ਉਹਨਾਂ ਨੂੰ ਵਾਰਨਿੰਗ ਦੇ ਕੇ ਤੁਸੀਂ ਛੱਡੋਗੇ? ਦੇਖੋ ਜੀ ਪੰਜਾਬੀ ਭਾਸ਼ਾ ਐਕਟ ਦੇ ਤਹਿਤ ਤਾਂ ਸਭ ਤੋਂ ਪਹਿਲੇ ਇਹ ਹੈ ਵੀ ਇੱਕ ਵਾਰੀ ਉਹਨਾਂ ਨੂੰ ਵਾਰਨਿੰਗ ਦੇਣੀ ਹੁੰਦੀ ਆ। 21 ਨਵੰਬਰ ਤੋਂ ਬਾਅਦ ਸਰਕਾਰ ਵੱਲੋਂ ਕੀ ਹਿਦਾਇਤ ਹੁੰਦੀ ਹੈ ਉਹਦੇ ਮੁਤਾਬਕ ਹੀ ਕੰਮ ਕੀਤਾ ਜਾਏਗਾ। ਉਹਦੇ ਵਾਰਨਿੰਗ ਦੇ ਬਾਅਦ ਵੀ ਅਗਰ ਜੇ ਕੋਈ ਕੁਤਾਹੀ ਕਰਦਾ ਤਾਂ ਹੋ ਸਕਦਾ ਸਰਕਾਰ ਜੁਰਮਾਨਾ ਵੀ ਲਾਏ। ਤੁਹਾਨੂੰ ਨਹੀਂ ਲੱਗਦਾ ਕਿ ਬੜੇ ਚਿਰਾਂ ਦੀ ਜਦੋਂ ਸਰਕਾਰ ਨੇ ਅਨਾਊਂਸ ਕਰਤਾ ਸੀ ਕਿ ਬਈ ਸਾਰੇ ਜਾਣੇ ਪੰਜਾਬੀ 'ਚ ਬੋਰਡ ਲਿਖਾਉਣ ਪਹਿਲੇ ਤਾਂ ਧੜਾਧੜ ਜਿੰਨੇ ਅਫਸਰ ਸਾਹਿਬਾਨ ਸੀ ਉਹਨਾਂ ਦਾ ਰੋਜ਼ ਜਵਾਬ ਮਤਲਬ ਕਿ ਕਿਸੇ ਆਏ ਦਿਨ ਕਿਤੇ ਨਾ ਕਿਤੇ ਖਬਰ ਲੱਗਦੀ ਸੀ ਕਿ ਪੰਜਾਬੀ 'ਚ ਬੋਰਡ ਜ਼ਰੂਰੀ ਹੈ ਜੀ ਪਰ ਲੱਗਦਾ ਨਹੀਂ ਕਿ ਥੋੜ੍ਹੇ ਦਿਨਾਂ ਬਾਅਦ ਗੁਆਚ ਜਾਂਦੇ ਨੇ ਕਿਉਂਕਿ ਆਮ ਤੌਰ 'ਤੇ ਦੇਖਿਆ ਜਾਏ ਕਿ ਅਜੇ ਕਿਉਂਕਿ ਸਾਡੇ ਜਿੰਨੇ ਅਫਸਰ ਸਾਹਿਬਾਨ ਨੇ ਗੁਰਦਾਸਪੁਰ ਦੇ ਸ਼ੋਪਿੰਗ ਤਾਂ ਗੁਰਦਾਸਪੁਰੋਂ ਹੀ ਕਰਦੇ ਨੇ ਮੋਸਟਲੀ ਜੇ ਇੱਥੇ ਰਹਿੰਦੇ ਨੇ ਤੇ ਸਮਾਨ ਲੈਣ ਤੇ ਸਾਰਾ ਬਾਜ਼ਾਰਾਂ 'ਚ ਹੀ ਜਾਂਦੇ ਨੇ ਤੇ ਉੱਥੇ ਜਿਹੜੇ ਇਹਨਾਂ ਨੂੰ ਕੋਈ ਹੈਂਡ ਬੈਗ ਤੋਂ ਲੈ ਕੇ ਹਰ ਚੀਜ਼ ਅਸੀਂ ਨਹੀਂ ਕਹਿੰਦੇ ਕਿ ਕੋਈ ਭਾਸ਼ਾ ਮਾੜੀ ਆ ਜੇ ਸਾਡੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਅਸੀਂ ਆਮ ਹੋਰ ਸਟੇਟਾਂ 'ਚ ਚਲ ਜਾਂਦੇ ਹਾਂ ਤੇ ਉੱਥੇ ਸਾਰਿਆਂ ਨੇ ਆਪਣੀ ਮਦਰ ਲੈਂਗੁਏਜ 'ਚ ਲਿਖੇ ਹੁੰਦੇ ਨੇ ਬੋਰਡ ਤੇ ਪੰਜਾਬ ਦੇ ਵਿੱਚ ਰਹਿ ਕੇ ਇਹਨਾਂ ਨੂੰ ਕੀ ਪ੍ਰੋਬਲਮ ਆ ਕੋਈ ਤੁਸੀਂ ਇਹਨਾਂ ਨਾਲ ਡਿਸਕਸ ਕੀਤੀ ਆ ਕਿ ਹਾਂ ਵੀ ਇਹਨਾਂ ਨੂੰ ਕੀ ਪ੍ਰੋਬਲਮ ਆ ਰਹੀ ਆ ਕਿ ਜਿਹੜੇ ਕਾਰਨ ਕਰਕੇ ਇਹਨਾਂ ਨੂੰ ਬੋਰਡਾਂ 'ਚ ਪ੍ਰੋਬਲਮ ਆਉਂਦੀ ਪੈਸੇ ਤਾਂ ਉਨੇ ਹੀ ਲੱਗਣੇ ਆ ਜਾਂ ਤਾਂ ਇਹ ਕਿ ਪੰਜਾਬੀ ਦੇ ਬੋਰਡਾਂ ਦੇ ਪੈਸੇ ਵੱਧ ਲੱਗਦੇ ਹੋਣ ਤੇ ਇੰਗਲਿਸ਼ ਦੇ ਬੋਰਡਾਂ ਦੇ ਪੈਸੇ ਘੱਟ ਲੱਗਦੇ ਹੋਣ ਤੇ ਜੇ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਜੇ ਹੈਗੀ ਹੈ ਤਾਂ ਤੁਸੀਂ ਦੱਸੋ ਸਾਨੂੰ। ਪ੍ਰੋਬਲਮ ਕੋਈ ਨਹੀਂ ਜਤਿੰਦਰ ਜੀ ਇੱਥੇ ਬੜੀ ਹਾਸੋਈ ਨਿੱਜੀ ਗੱਲ ਇੱਕ ਮੈਂ ਦੱਸਣੀ ਚਾਹਾਂਗਾ ਕਿ ਲੋਕਾਂ ਨੂੰ ਫੋਬੀਆ ਹੋ ਗਿਆ ਕਿ ਮੈਂ ਆਪਣੇ ਘਰ ਦਾ ਬੋਰਡ ਜੇ ਅੰਗਰੇਜ਼ੀ 'ਚ ਲਿਖਿਆ ਤਾਂ ਸ਼ਾਇਦ ਕਹਿਣਗੇ ਇਹ ਬਹੁਤਾ ਪੜ੍ਹਿਆ ਲਿਖਿਆ ਅਤੇ ਮੈਂ ਪੰਜਾਬੀ 'ਚ ਲਿਖਿਆ ਹੋਏਗਾ ਤਾਂ ਕਹਿਣਾ ਨਹੀਂ ਯਾਰ ਇਹ ਘੱਟ ਪੜ੍ਹਿਆ ਲਿਖਿਆ। ਇਹ ਫੋਬੀਆ ਲੋਕਾਂ ਦੇ ਅੰਦਰੋਂ ਕੱਢਣ ਦੀ ਲੋੜ ਹੈ ਕਿਤੇ ਬੱਬੀ ਜੀ ਇਹ ਤਾਂ ਨਹੀਂ ਕਿ ਆਪਾਂ ਨਾ ਅੰਗਰੇਜ਼ੀ ਜੋਗੇ ਰਹਿ ਜਾਈਏ ਜਿੱਦਾਂ ਪੁਰਾਣੀ ਕਹਾਵਤ ਹੈ ਨਾ ਅੰਗਰੇਜ਼ੀ ਜੋਗੇ ਰਹਿ ਜਾਈਏ ਤੇ ਨਾ ਪੰਜਾਬੀ ਜੋਗੇ ਰਹੀਏ ਕਿਤੇ ਵਿਚਲਿਆ ਮਿਹਨਤ ਨਹੀਂ ਰਹਿ ਜਾਏਗਾ ਕਿਤੇ ਸਿਸਟਮ ਜਿਹੜਾ ਚੱਲ ਰਿਹਾ। ਇੱਕ ਸਿਸਟਮ ਦੇ ਵਿੱਚ ਇੱਦਾਂ ਵੀ ਜਿੱਥੋਂ ਤੱਕ ਤਾਂ ਸਾਡੀ ਕੋਸ਼ਿਸ਼ ਹੈ ਅਗਰ ਇਹਨੂੰ ਐਜ਼ ਇਟ ਇਜ਼ ਚੱਲਣ ਦਿੱਤਾ ਗਿਆ ਸਾਨੂੰ ਸਾਡੇ ਮੁਤਾਬਕ ਚੱਲਣ ਦਿੱਤਾ ਗਿਆ ਤਾਂ ਅਸੀਂ ਕੋਸ਼ਿਸ਼ ਕਰਾਂਗੇ ਆਪਾਂ ਜਿਹੜੇ ਆ ਨਾਮ ਸਾਰੇ ਦੇ ਸਾਰੇ ਪੰਜਾਬੀ 'ਚ ਕਰਵਾਵਾਂਗੇ।
ਦੇਖੋ ਇਹ ਸੀ ਸਾਡੇ ਬੜੇ ਸਤਿਕਾਰਯੋਗ ਬੱਬੀ ਜੀ ਜਿਨ੍ਹਾਂ ਦੀ ਡਿਊਟੀ ਲੱਗੀ ਆ ਪੰਜਾਬੀ ਚ ਬੋਰਡ ਲਿਖਾਉਣ ਦੀ। ਇਹਨਾਂ ਨੇ ਕਹਿ ਦਿੱਤਾ ਕਿ ਇੱਕ ਗਵਰਨਮੈਂਟ ਨੇ ਲਾਸਟ ਡੇਟ ਨਿਰਧਾਰਿਤ ਕੀਤੀ ਆ ਜਿਹਦੇ ਤਹਿਤ ਸਾਰਿਆਂ ਨੂੰ ਹੀ ਬੋਰਡ ਜਿਹੜੇ ਉਹ ਪੰਜਾਬੀ ਚ ਲਾਉਣੇ ਲਾਜ਼ਮੀ ਆ। ਅਸੀਂ ਵੀ ਆਪਣੇ ਸਰੋਤਿਆਂ ਨੂੰ ਇਹ ਬੇਨਤੀ ਕਰਾਂਗੇ ਕਿ ਦੇਖੋ ਸਾਡਾ ਮਕਸਦ ਕਿਸੇ ਨੂੰ ਸਜ਼ਾ ਦਿਵਾਉਣੀ ਜਾਂ ਕਿਸੇ ਨੂੰ ਫਾਈਨ ਜਾਂ ਕੋਈ ਹੋਰ ਪਲੰਟੀ ਪਵਾਉਣੀ ਨਹੀਂ ਹੈ। ਸਾਡਾ ਮੇਨ ਮਕਸਦ ਇਹੋ ਹੀ ਆ ਕਿ ਜੇ ਅਸੀਂ ਪੰਜਾਬ ਦੀ ਧਰਤੀ 'ਚ ਰਹਿੰਦੇ ਹਾਂ ਤਾਂ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਹੋਇਆ ਤੇ ਪੰਜਾਬੀ ਚ ਬੋਰਡ ਲਿਖਾਈਏ ਤੇ ਆਪਣੀ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਕਰੀਏ ਤੇ ਉਹਨੂੰ ਬਚਾਈਏ। ਹੋ ਸਕਦਾ ਵਾ ਕਿ ਸਾਡੇ ਕੋਲ ਬੜੀਆਂ ਕਟਾਈਆਂ ਹੋਈਆਂ ਹੋਣ, ਪਰ ਅਸੀਂ ਸਾਰਿਆਂ ਨੂੰ ਇਹੋ ਬੇਨਤੀ ਕਰਾਂਗੇ ਕਿ ਅਸੀਂ ਕਿਉਂ ਨਾ ਜਿਹੜੀ ਨਿਰਧਾਰਿਤ ਡੇਟ ਆ ਉਹ ਤੋਂ ਪਹਿਲੇ ਹੀ ਚੰਗੇ ਸ਼ਹਿਰੀ ਹੋਣ ਦਾ ਫਰਜ਼ ਅਦਾ ਕਰੀਏ। ਸੋ ਸਾਡਾ ਆਪਣੀ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਜਿਹੜੇ ਬੁੱਕ ਸੈਲਰ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਵੀ ਘੱਟੋ ਘੱਟ ਤੁਸੀਂ ਵੀ ਆਪਣੇ ਜਿਹੜੇ ਬੋਰਡ ਨੇ ਉਹ ਪੰਜਾਬੀ ਚ ਜ਼ਰੂਰ ਲਿਖਾਓ, ਕਿਉਂਕਿ ਆਮ ਬੱਚੇ ਤੁਹਾਡੇ ਕੋਲ ਆਣ ਕੇ ਇੱਥੇ ਕਿਤਾਬਾਂ ਲੈ ਕੇ ਜਾਂਦੇ ਨੇ ਤੇ ਜਿਹੜਾ ਫਸਟ ਲੈਂਗੁਏਜ ਜਿਹੜੀ ਉਹ ਪੰਜਾਬੀ ਆ, ਸੈਕਿੰਡ ਤੁਸੀਂ ਕੋਈ ਵੀ ਹੋਰ ਲਿਖ ਸਕਦੇ ਜੇ। ਸੋ ਸਾਰਿਆਂ ਅੱਗੇ ਸਾਡੀ ਬੇਨਤੀ ਆ ਕਿ ਤੁਸੀਂ ਇਹ ਜਿਹੜਾ ਵਾ ਗਵਰਨਮੈਂਟ ਦਾ ਸਾਥ ਦੇਈਏ ਤੇ ਕਦਮ ਨਾਲ ਕਦਮ ਚਲਾਈਏ। ਧੰਨਵਾਦ ਜੀ।